ਕ੍ਰਿਸ਼ਨ ਭਗਤ ਹਾਂ ਪਰ ਜਦੋਂ ਮੈਂ ਤੁਹਾਡੀਆਂ ਸਪੀਚਾਂ ਸੁਣੀਆਂ ਵੀਡੀਓ ਦੇਖੀਆਂ ਤੁਸੀਂ ਧਰਮ ਗੁਰੂ ਹਾਂ ਨਾ ਪੰਡੋਖਰ ਸਰਕਾਰ ਨਾਲ ਮੇਰਾ ਕੋਈ ਲੈਣਾ ਦੇਣਾ ਅਤੇ ਨਾ ਬਲਵੇਸ਼ਵਰ ਦਰਬਾਰ ਨਾਲ ਨਾ ਹੀ ਮੈਂ ਤੁਹਾਨੂੰ ਫੇਸ ਟੂ ਫੇਸ ਜਾਣਦਾ ਨਾ ਤੁਸੀਂ ਸ਼ਾਇਦ ਮੈਨੂੰ ਜਾਣਦੇ ਹੋ ਜੇ ਪਰ ਜੇ ਤੁਸੀਂ ਆਪਣੀਆਂ ਸ਼ਰਤੀਆਂ ਦਾ ਚੈਲੰਜ ਕਰ ਰਹੇ ਹਾਂ ਜੇ ਤੁਸੀਂ ਦੁਨੀਆ ਨੂੰ ਵਿੱਚ ਬਲਕਿ ਵਿਰੋਧ ਹੀ ਕਰਨਾ ਸੀ ਸਿਵਲ ਹੋਸਪਿਟਲਾਂ ਵਿੱਚ ਬਹੁਤ ਲੋਕ ਮਰ ਰਹੇ ਆ ਬਿਮਾਰ ਆ ਤੁਸੀਂ ਆਪਣੇ ਤੋਂ ਤਾਂ ਤੁਹਾਡੇ ਤੋਂ ਤਾਂ ਭਰਤਾਂ ਦੀ ਸੂਚੀ ਬਹੁਤ ਲੰਬੀ ਆ ਮੇਰੇ ਖਿਆਲ ਨਾਲ 2-2.5 ਲੱਖ ਬੰਦਾ ਇੱਕ ਟਾਈਮ 'ਚ ਤੁਹਾਡੇ ਕੋਲ ਬੈਠਦਾ ਹੋਣਾ ਵਾ ਤੁਸੀਂ ਬਿਮਾਰ ਬੰਦਿਆਂ ਨੂੰ ਆਪਣੀਆਂ ਸ਼ਰਤੀਆਂ ਨਾਲ ਸਹੀ ਕਰੋ ਜੇ ਵਿਰੋਧ ਕਰਨਾ ਸੀ ਇਹ ਪਰਚੀਆਂ ਭੂਤਕਾਲ ਤੋਂ ਦੁਨੀਆ ਨੇ ਕੁਛ ਨਹੀਂ ਲੈਣਾ ਦੁਨੀਆ ਬਿਮਾਰ ਆ ਉਹਨਾਂ ਨੂੰ ਇਲਾਜ ਦੀ ਲੋੜ ਆ ਤੁਸੀਂ ਮਾਰਕ ਕਰ ਰਹੇ ਵਧੀਆ ਨਸ਼ਾ ਛੜਾ ਰਹੇ ਆ ਲੋਕਾਂ ਦੇ ਘਰਾਂ ਦੇ ਕਲੇਸ਼ ਦੂਰ ਕਰ ਰਹੇ ਆ ਪਰ ਜਿਹੜੇ ਉਹ ਦਰਬਾਰ ਚੱਲ ਰਹੇ ਆ ਮੈਂ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਅਤੇ ਵਿਰੋਧ ਨਹੀਂ ਕਰ ਰਿਹਾ ਲੋਕ ਆਪ ਜਾਂਦੇ ਆ ਆਪ ਜਾਂਦੇ ਆ ਉਹ ਸੰਤੁਸ਼ਟ ਹੁੰਦੇ ਆ ਤਾਂ ਉੱਥੇ ਪੈਸੇ ਦਿੰਦੇ ਆ ਅਤੇ ਸੰਸਾਰ ਵਿੱਚ ਬੱਚੇ ਹਰ ਤਰ੍ਹਾਂ ਦੇ ਕਰਮ ਆ ਪਰਮਾਤਮਾ ਨੇ ਹਰ ਇੱਕ ਇਨਸਾਨ ਨੂੰ ਵੱਖ ਵੱਖ ਕਰਮ ਦਿੱਤੇ ਆ ਮੈਂ ਤੁਹਾਨੂੰ ਇਹੀ ਅਪੀਲ ਕਰਦਾ ਵਾਂ ਬੇਨਤੀ ਕਰਦਾ ਸ਼ਕਤੀ ਪੁੱਤਰ ਮਹਾਰਾਜ ਜੀ ਤੁਸੀਂ ਆਪਣੀ ਜਿਹੜੀ ਸੰਗਤ ਆ ਉਹਨਾਂ ਨੂੰ ਚੰਗੀ ਸਿੱਖਿਆ ਦਿਓ ਕਿਸੇ ਦੇ ਪੋਸਟਰ ਨਾ ਜਲਾਉਣ ਨਾ ਸਾੜਨ ਇਹਦੇ ਨਾਲ ਬੱਚੇ ਮਾਹੌਲ ਖਰਾਬ ਹੁੰਦੇ ਆ ਲੋਕਾਂ ਦੀ ਆਪਸੀ ਲੜਾਈ ਵੱਧ ਜੂਗੀ ਤੁਸੀਂ ਇੱਕ ਦੂਜੇ ਨੂੰ ਟੀ ਵੀ 'ਤੇ ਬੈਠੇ ਜਾਂ ਆਪਣੇ ਦਰਬਾਰ 'ਚ ਬੈਠੇ ਚੈਲੀ ਕਰੀ ਜਾਓ ਜੇ ਪਬਲਿਕ ਵਿੱਚ ਲੜਾਈ ਝਗੜੇ ਦੇ ਮਾਹੌਲ ਵੱਧ ਜਾਣਗੇ ਉਹਨਾਂ ਦੇ ਸੱਟ ਫੇਟ ਲੱਗ ਜਾਓ ਜੀ ਮੈਂ ਇਹ ਚੀਜ਼ ਨੂੰ ਭੁਰਤ ਚੁੱਟਿਆ ਵਾਂ ਪਹਿਲਾਂ ਵੀ ਕਿਸੇ ਸ਼ਰਾਰਤੀ ਬੰਦਿਆਂ ਨੇ ਮੇਰੇ ਖਿਲਾਫ਼ ਇਸ ਤਰ੍ਹਾਂ ਵਾਹ ਫੁਲਾ ਕੇ ਮੇਰੇ ਵੀ ਪੋਸਟਰ 'ਚ ਲਾ ਤੇ ਸੀ ਮੇਰੇ ਵੀ ਪੁਤਲੇ ਸਾੜ ਦਿੱਤੇ ਸੀ ਲੇਕਿਨ ਉਹਦੇ ਨਾਲ ਪਰਮਾਤਮਾ ਨੇ ਉਹਨਾਂ ਨੂੰ ਹੀ ਸਜ਼ਾ ਦਿੱਤੀ ਮੈਂ ਅੱਜ ਵੀ ਆਪਣੀ ਸੇਵਾ ਕਰ ਰਿਹਾ ਵਾਂ ਅਤੇ ਮਰਦੇ ਦਮ ਤੱਕ ਕਰਦਾ ਰਹੂੰਗਾ ਇਹ ਦਰਬਾਰ ਕੋਈ ਆਪਣੇ ਆਪ ਨਹੀਂ ਲਾ ਸਕਦਾ ਜਦੋਂ ਕਿਸੇ ਤਰ੍ਹਾਂ ਰੱਬ ਦੀ ਕਿਰਪਾ ਹੁੰਦੀ ਹੈ ਕਿਸੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਹੁੰਦਾ ਤਾਂ ਹੀ ਕੋਈ ਭੂਤਕਾਲ ਭਵਿੱਖਕਾਲ ਦੱਸ ਸਕਦਾ ਤਾਂ ਹੀ ਬਿਮਾਰ ਬੰਦਿਆਂ ਦੇ ਇਲਾਜ ਹੁੰਦੇ ਆ ਇਹ ਪਖੰਡਵਾਜ ਇੱਕ ਦਿਨ ਚੱਲਦਾ ਦੋ ਦਿਨ ਚੱਲਦਾ ਲੱਖਾਂ ਬੰਦਿਆਂ ਨਾਲ ਪਖੰਡਵਾਜ ਨਹੀਂ ਚੱਲ ਸਕਦਾ ਜੋ ਉਹ ਸੇਵਾ ਕਰ ਰਹੇ ਆ ਮੈਂ ਉਹਨਾਂ ਦੀ ਸੇਵਾ ਤੋਂ ਵੀ ਸੰਤੁਸ਼ਟ ਹਾਂ ਮੈਂ ਯੂਟਿਊਬ ਚੈਨਲਾਂ 'ਤੇ ਦੇਖ ਰਿਹਾ ਤੁਹਾਡੇ ਵੀ ਪ੍ਰਵਚਨ ਸੁਣਦਾ ਵਾਂ ਮੈਂ ਜਿੰਨੇ ਵੀ ਦਰਬਾਰ ਲੱਗਦੇ ਆ ਉਹਨਾਂ ਕੁਛ ਤਾਂ ਕੁਛ ਹੈ ਉਹਨਾਂ ਕੋਲ ਪਰ ਜਿਹੜੇ ਲੋੜ ਤੋਂ ਜ਼ਿਆਦਾ ਪਖੰਡ ਕਰਦੇ ਆ ਉਹਨਾਂ ਦਾ ਰਿਜ਼ਲਟ ਦੇਣ ਲਈ ਵੀ ਪਰਮਾਤਮਾ ਬੈਠਾ ਪਰਮਾਤਮਾ ਹਰ ਇੱਕ ਨੂੰ ਸਮੇਂ 'ਤੇ ਸਜ਼ਾ ਦਿੰਦਾ ਵਾ ਅਤੇ ਗੁਰੂਆਂ ਨੂੰ ਤਾਂ ਜਨਤਾ ਨੂੰ ਸਮਝਾਉਣ ਦੇ ਤਰੀਕੇ ਬਹੁਤ ਹੁੰਦੇ ਆ ਤੁਸੀਂ ਬਿਮਾਰ ਬੰਦਿਆਂ ਨੂੰ ਆਪਣੇ ਦਰਬਾਰ 'ਚ ਲੈ ਕੇ ਆਉਂਦੇ ਬਿਨਾਂ ਸ਼ਰਪਾ ਪਰਚੇ ਛੱਪਣ ਜੇ ਉਹ ਤਰਨ ਵਿੱਚ ਮੈਂ ਵੀ ਵਿਸ਼ਵਾਸ ਨਹੀਂ ਕਰਦਾ ਤੁਸੀਂ ਆਪਣੇ ਆਸ਼ੀਰਵਾਦ ਨਾਲ ਜਾਂ ਰੱਬ ਦਾ ਨਾਂ ਲੈ ਕੇ ਸਹੀ ਕਰਦੇ ਅਤੇ ਮੀਡੀਆ ਵਿੱਚ ਤੁਹਾਡੇ ਵੀ ਮਤੇ ਫੇਮਸ ਹੋ ਜਾਣਾ ਸੀ ਫੇਮਸ ਤਾਂ ਤੁਸੀਂ ਵੈਸੇ ਵੀ ਬਹੁਤ ਹਾਂ ਤੁਸੀਂ ਪੂਰੇ ਵਰਲਡ ਫੇਮਸ ਆ ਸ਼ਕਤੀ ਪੁੱਤਰ ਮਹਾਰਾਜ ਜੀ ਤੁਸੀਂ ਆਪਣੇ ਭਗਤਾਂ ਨੂੰ ਥੋੜ੍ਹੀ ਚੰਗੀ ਸਿੱਖਿਆ ਦੇ ਕੇ ਇਸ ਚੀਜ਼ ਨੂੰ ਰੋਕੋ ਤਾਂ ਕਿ ਜਨਤਾ ਵਿੱਚ ਕੋਈ ਲੜਾਈ ਝਗੜੇ ਦਾ ਮੋਲ ਆਵੇ ਜੈ ਸ਼੍ਰੀ ਕ੍ਰਿਸ਼ਨ।